हेलो जी सत श्रीकाल आप सभी लोगों को तो कैसे हैं आप सब उम्मीद करते हो आप सब जहां पर होंगे बहुत अच्छे होंगे ठीक ठाक होंगे वाह गुरु हमेशा आपको अपने वाह गुरु हमेशा अपनी मेहर बनाए रखे दोस्तों तो आज मैं जिस वीडियो को लेकर आई हूं आपके सामने वो वीडियो है हरमंदिर साहिब का इतिहास तो चलिए फिर जैसे कुछ लोग फॉर्म में आ जाते हैं ना कि हरमंदिर साहिब जगह पे पहले भगवान थे या ये हिंदुओं का मंदिर था उसको लेकर एक वीडियो मैं लेकर आई हूँ जो कि पंजाब सिया चैनल से है तो आप ओरिजिनल वीडियो का लिंक आपको नीचे डिस्क्रिप्शन बॉक्स में मिल जाएगा वहां से भी आप जाकर मेरे चैनल को सपोर्ट कर सकते हैं और वीडियो देख सकते हैं तो स्टार्ट करते हैं ये वीडियो और देखते हैं दरबार साहब ਨੂੰ ਕਈ ਲੋਕ ਵਿਸ਼ਨੂੰ ਦਾ ਮੰਦਿਰ ਸਾਬਤ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਨੇ ਇਹ ਕਿਹਾ ਜਾਂਦਾ ਕਿ ਹਰ ਮੰਦਿਰ ਮਤਲਬ ਖਰੀਦਾ ਮੰਦਿਰ ਯਾਨੀ ਕਿ ਵਿਸ਼ਨੂੰ ਦਾ ਮੰਦਿਰ ਮਤਲਬ ਕਈ ਕਹਾਣੀਆਂ ਵੀ ਕੜੀਆਂ ਹੋਈਆਂ ਨੇ ਕਿ ਜਦੋਂ ਸਰੋਵਰ ਦੀ ਖਦਵਾਈ ਸ਼ੁਰੂ ਹੋ ਰਹੀ ਸੀ ਉਦੋਂ ਵਿਸ਼ਨੂੰ ਤੇ ਹੋਰ ਦੇਵ ਤੇ ਇੱਥੇ ਪ੍ਰਗਟ ਹੋਏ ਤੇ ਗੁਰੂ ਅਰਜਨ ਸਾਹਿਬ ਨੂੰ ਕਿਹਾ ਕਿ ਸਾਡੇ ਨਾਮ ਦਾ ਇੱਥੇ ਮੰਦਿਰ ਬਣਾਓ ਇਹ ਕਹਿੰਦੇ ਨੇ ਕਿ ਇੱਥੇ ਪਹਿਲਾਂ ਵਿਸ਼ਨੂੰ ਦੀਆਂ ਮੂਰਤੀਆਂ ਹੁੰਦੀਆਂ ਸੀ ਸਿੱਖਾਂ ਨੇ ਇਸ ਸਥਾਨ ਤੇ ਕਬਜ਼ਾ ਕੀਤਾ ਹੋਇਆ ਹੈ ਹੋਰ ਬੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਸਾਡੀ ਇਹ ਕੋਸ਼ਿਸ਼ ਆ ਇਸ ਗੱਲ ਦੇ ਤਰਕ ਨਾਲ ਜਵਾਬ ਸਭ ਨੂੰ ਪਤਾ ਹੋਣਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਪੂਰਾ ਇਤਿਹਾਸ ਕਿ ਕਿੱਥੋਂ ਇਹ ਚਾਲਾਂ ਸ਼ੁਰੂ ਹੋਈਆਂ ਕੀ ਇਹਦਾ ਜਵਾਬ ਹੈ ਤਾਂ ਜੋ ਇਹ ਚੀਜ਼ ਨੂੰ ਇੱਥੇ ਹੀ ਥੱਲ ਪਾਈ ਜਾ ਸਕੇ ਹੁਣ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚੀਜ਼ ਅਸੀਂ ਜਮਾਂ ਕਲੀਅਰ ਕਰ ਦਿੰਨੇ ਆ ਕਿ ਇਹ ਵੀਡੀਓ ਕਿਸੇ ਨੂੰ ਵੀ ਪੜਕਾਉਣ ਲਈ ਨਹੀਂ ਬਣਾਈ ਜਾ ਰਹੀ ਇਸ ਵੀਡੀਓ ਚ ਅਸੀਂ Hindu ਦੇਵੀ ਦੇਵਤਿਆਂ ਦਾ ਜ਼ਿਕਰ ਕਰ ਰਹੇ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਵੀਡੀਓ Hindu ਧਰਮ ਦੇ ਖਿਲਾਫ ਆ ਬਲਕਿ Hindu ਧਰਮ ਦੇ ਵੀਰਪੈਣ ਇਹ ਵੀਡੀਓ ਨੂੰ ਜ਼ਰੂਰ ਦੇਖਣ ਲਾਸਟ ਚ ਤੁਹਾਨੂੰ ਤੁਹਾਡੇ ਧਰਮ ਨਾਲ ਜੁੜੀਆਂ ਵੀ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜੋ Hindu ਧਰਮ ਚ ਬਹੁਤ ਮਿਲਾਵਟ ਕੀਤੀ ਗਈ ਆ ਇੱਕ ਅਸੀਂ ਹੋਰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਉਦਾ ਇੱਕ ਕਾਰਨ ਕਈ ਸਾਡੇ ਵੀਰ ਭੈਣ ਹੁਣ ਇਹ ਵੀ ਕਹਿਣਗੇ ਕਿ ਇਹ ਬਹੁਤ ਘੱਟ ਲੋਕ ਨੇ ਜਿਹੜੇ ਐਦਾਂ ਦੀਆਂ ਵਾਹਾਂ ਫੈਲਾ ਰਹੇ ਨੇ ਜਾਂ ਐਦਾਂ ਦੀਆਂ ਨਫ਼ਰਤ ਭਰੀਆਂ ਪੋਸਟਾਂ ਸ਼ੇਅਰ ਕਰ ਰਹੇ ਨੇ ਪਰ ਇੱਕ ਚੀਜ਼ ਸਮਝਣ ਦੀ ਕੋਸ਼ਿਸ਼ ਕਰਿਓ ਹੋ ਸਕਦਾ ਅੱਜ ਇਹ 500 ਹੋਣ ਜੋ ਦਰਬਾਰ ਸਾਹਿਬ ਨੂੰ ਕਹਿ ਰਹੇ ਨੇ ਕਿ ਇਹ ਵਿਸ਼ਨੂੰ ਦਾ ਮੰਦਿਰ ਆ ਪਰ ਜੇ ਇਹ ਨਾ ਰੋਕੇ ਗਏ 500 ਤੋਂ ਕੱਲ ਨੂੰ ਇਹ 5000 ਹੋਣਗੇ ਤੇ ਕਿਸੇ ਟਾਈਮ ਤੇ 5 ਲੱਖ ਹੋਣਗੇ ਹੁਣ ਇੱਕ ਚੀਜ਼ ਸਮਝੋ ਕਿ ਤੁਸੀਂ ਜਿਹੜੇ ਘਰੇ ਰਹਿ ਰਹੇ ਹੋ ਇਸ ਸਮੇਂ ਜਿਹੜੇ ਘਰੇ ਬੈਠੇ ਹੋ ਤੁਹਾਡਾ ਘਰ ਆ ਤੁਹਾਡੇ ਪੁਰਖਿਆਂ ਦਾ ਘਰ ਆ ਉਹਨਾਂ ਨੇ ਆਪਣੀ ਮਿਹਨਤ ਨਾਲ ਉਹ ਘਰ ਬਣਾਏ ਨੇ ਕੱਲ ਨੂੰ ਕੋਈ ਆ ਕੇ ਕਹੇ ਕਿ ਤੁਹਾਡਾ ਘਰ ਨਹੀਂ ਐ ਥੋ ਨਿਕਲੋ ਇਹ ਤਾਂ ਸਾਡਾ ਘਰ ਆ ਤਾਂ ਤੁਹਾਨੂੰ ਕਿਵੇਂ ਲੱਗੂਗਾ ਕੀ ਦਰਬਾਰ ਸਾਹਿਬ ਤੁਹਾਡਾ ਘਰ ਨਹੀਂ ਐ ਤੁਹਾਡੇ ਗੁਰੂਆਂ ਦਾ ਘਰ ਨਹੀਂ ਐ ਜੋ ਤਾਂ ਦਰਬਾਰ ਸਾਹਿਬ ਨੂੰ ਆਪਣਾ ਘਰ ਸਮਝਦਾ ਹੈ ਆਪਣੇ ਗੁਰੂ ਦਾ ਘਰ ਸਮਝਦਾ ਹੈ ਉਹ ਇਹ ਵੀਡੀਓ ਸ਼ੇਅਰ ਜ਼ਰੂਰ ਕਰੂਗਾ ਜੋ ਨਹੀਂ ਸਮਝਦਾ ਉਹ ਨਾ ਕਰਿਓ ਇਹ ਇਸ ਕਰਕੇ ਅਸੀਂ ਨਹੀਂ ਕਹਿ ਰਹੇ ਕਿ ਸਾਨੂੰ ਵਿਊਜ਼ ਜਾਂ ਸ਼ੇਅਰਸ ਦੀ ਲੋੜ ਆ ਇਹ ਵੀਡੀਓ ਬਣਾਈ ਜਾ ਰਹੀ ਆ ਅੱਜ ਲਈ ਤੇ ਅੱਜ ਤੋਂ ਸਦੀਆਂ ਬਾਅਦ ਲਈ ਕਿਉਂਕਿ ਸਿੱਖ ਇਤਿਹਾਸ ਚ ਕਈ ਐਦਾਂ ਦੀਆਂ ਮਿਲਾਵਟੀ ਗੱਲਾਂ ਲਿਖੀਆਂ ਹੋਈਆਂ ਨੇ ਜੋ ਜੇ ਉਸੇ ਸਮੇਂ ਹੀ ਰੋਕ ਦਿੱਤੀਆਂ ਜਾਂਦੀਆਂ ਤਾਂ ਅੱਜ ਬਹੁਤ ਸਾਰੀਆਂ ਕਨਫਿਊਜ਼ਨਾਂ ਨਾ ਖੜੀਆਂ ਹੁੰਦੀਆਂ ਆਪਣੇ ਕੋਲ ਇਹ ਤਾਕਤ ਹੈ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਆਪਾਂ ਆਪਣੀ ਆਵਾਜ਼ ਹਰ ਜਗ੍ਹਾ ਪਹੁੰਚਾ ਸਕਦੇ ਆ ਤਾਂ ਆਪਣੀ ਆਪਣੀ ਤਾਕਤ ਨੂੰ ਸਮਝੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪੰਜਾਬ ਦੇ ਬੱਚੇ-ਬੱਚੇ ਨੂੰ ਇਸ ਗੱਲ ਦਾ ਜਵਾਬ ਪਤਾ ਹੋਵੇ Hindu Sikh ਭਾਈਚਾਰਾ ਬਣਿਆ ਰਹੇ ਤੇ ਵਧੇ ਤੇ ਇਦਾਂ ਦੇ ਸ਼ਰਾਰਤੀ ਲੋਕਾਂ ਦੀਆਂ ਚਾਲਾਂ ਕਾਮਯਾਬ ਨਾ ਹੋ ਸਕਣ ਹੁਣ ਜੇ ਇਹ ਗੱਲ ਕਹੀ ਜਾ ਰਹੀ ਆ ਤਾਂ ਇਹਦੇ ਪਿੱਛੇ ਇੱਕ ਦੋ ਗੱਲਾਂ ਨੇ ਜਿਹਨੂੰ ਆਧਾਰ ਬਣਾ ਕੇ ਇਹ ਗੱਲ ਕਹੀ ਜਾ ਰਹੀ ਆ ਇੱਕ ਤਾਂ ਇਸ ਸਥਾਨ ਦਾ ਨਾਮ ਹਰਮੰਦਰ ਇਹ ਕਿਹਾ ਜਾਂਦਾ ਕਿ ਇਹ ਹਰੀ ਦਾ ਮੰਦਿਰ ਆ ਜੀ ਹਰੀ ਮਤਲਬ ਵਿਸ਼ਨੂੰ ਕਿ ਇਹ ਵਿਸ਼ਨੂੰ ਦਾ ਮੰਦਿਰ ਆ ਦੂਸਰਾ ਇਤਿਹਾਸ ਚ ਕੁਝ ਇਦਾਂ ਦਾ ਲਿਖਿਆ ਹੋਇਆ ਹੈ ਜਿਸ ਨੂੰ ਆਧਾਰ ਬਣਾ ਕੇ ਇਹ ਕਿਹਾ ਜਾਂਦਾ ਹੈ ਕਿ ਆ ਦੇਖੋ ਜੀ ਸਰੋਵਰ ਦੀ ਖਦਵਾਈ ਵੇਲੇ ਇਦਾਂ ਹੋਇਆ ਸੀ ਹੁਣ ਉਹ ਇਤਿਹਾਸ ਚ ਕੀ ਲਿਖਿਆ ਹੋਇਆ ਹੈ ਕਦੋਂ ਲਿਖਿਆ ਹੈ ਕਿਹਨੇ ਲਿਖਿਆ ਹੈ ਕਿਉਂ ਲਿਖਿਆ ਹੈ ਇਹਦੇ ਬਾਰੇ ਵੀ ਤੁਹਾਨੂੰ ਪੂਰਾ ਦੱਸਾਂਗੇ ਇਹ ਜੋ ਨਾਮ ਹੈ ਹਰਮੰਦਰ ਇਹਦਾ ਕੀ ਇਤਿਹਾਸ ਹੈ ਇਹਦਾ ਕੀ ਮਤਲਬ ਹੈ ਕਿਸ ਗੁਰੂ ਸਹਿਬਾਨ ਨੇ ਇਸ ਸਥਾਨ ਦਾ ਨਾਮ ਹਰਮੰਦਰ ਰੱਖਿਆ ਰੱਖਿਆ ਹੈ ਵੀ ਜਾਂ ਨਹੀਂ ਰੱਖਿਆ ਹੁਣ ਇਹ ਸਾਰੇ ਜਵਾਬ ਆਪਾਂ ਕਿਸੇ ਵੀ ਇਤਿਹਾਸਿਕ ਕਿਤਾਬ ਚੋਂ ਨਹੀਂ ਲੱਭਣੇ ਇਹਦੇ ਜਵਾਬ ਇੱਕੋ ਹੀ ਸ਼ਕਤੀ ਤੋਂ ਆਪਾਂ ਲੱਭਣੇ ਆ ਉਹ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਸਾਡੇ ਲਈ ਕੁਝ ਵੀ ਨਹੀਂ ਹੈ ਹੁਣ ਗੁਰੂ ਗ੍ਰੰਥ ਸਾਹਿਬ 'ਚ ਜੇ ਦੇਖੀਏ ਤਾਂ ਹਰਮੰਦਰ ਸ਼ਬਦ 23 ਵਾਰ ਆਉਂਦਾ ਹੈ ਸਭ ਤੋਂ ਪਹਿਲਾਂ ਇਹ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਨੇ ਪੰਜ ਵਾਰ ਉਹਨਾਂ ਨੇ ਇਹ ਸ਼ਬਦ ਵਰਤਿਆ ਆਪਣੀ ਗੁਰਬਾਣੀ 'ਚ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਲਗਭਗ 15 ਵਾਰ ਇਹ ਸ਼ਬਦ ਵਰਤਿਆ ਤੇ ਜਿਸ ਗੁਰੂ ਸਹਿਬਾਨ ਨੇ ਦਰਬਾਰ ਸਾਹਿਬ ਦੀ ਉਹ ਸਾਰੀ ਕਰਵਾਈ ਇਸ ਅਸਥਾਨ ਦੀ ਉਹ ਸਾਰੀ ਕਰਵਾਈ ਗੁਰੂ ਅਰਜਨ ਸਾਹਿਬ ਉਹਨਾਂ ਨੇ ਸਿਰਫ ਤਿੰਨ ਵਾਰ ਗੁਰੂ ਗ੍ਰੰਥ ਸਾਹਿਬ 'ਚ ਆਪਣੀ ਬਾਣੀ 'ਚ ਹਰਮੰਦਰ ਸ਼ਬਦ ਵਰਤਿਆ ਹੈ ਇੱਕ ਗੱਲ ਜਾਣ ਕੇ ਤੁਹਾਨੂੰ ਹੈਰਾਨੀ ਹੋਏਗੀ ਕਿ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਸਹਿਬਾਨਾ ਨੇ ਜਿੰਨੀ ਵਾਰ ਵੀ ਹਰਮੰਦਰ ਸ਼ਬਦ ਵਰਤਿਆ ਇੱਕ ਵਾਰ ਵੀ ਹਰਮੰਦਰ ਸ਼ਬਦ ਕਿਸੇ ਵੀ ਧਾਰਮਿਕ ਸਥਾਨ ਜਾਂ ਕਿਸੇ ਵੀ ਇਮਾਰਤ ਲਈ ਨਹੀਂ ਵਰਤਿਆ ਗਿਆ ਹਰਮੰਦਰ ਸ਼ਬਦ ਇਸ ਪਵਿੱਤਰ ਸਥਾਨ ਲਈ ਵਰਤਿਆ ਹੀ ਨਹੀਂ ਗਿਆ ਤੇ ਕਈ ਇਤਿਹਾਸਿਕ ਸਰੋਤਾਂ ਤੋਂ ਇਹ ਪਤਾ ਚੱਲਦਾ ਹੈ ਕਿ ਗੁਰੂ ਕਾਲ 'ਚ ਇਸ ਸਥਾਨ ਨੂੰ ਹਰਮੰਦਰ ਸਾਹਿਬ ਕਿਹਾ ਹੀ ਨਹੀਂ ਜਾਂਦਾ ਸੀ ਫਿਰ ਕੀ ਕਿਹਾ ਜਾਂਦਾ ਸੀ ਉਹ ਵੀ ਤੁਹਾਨੂੰ ਅੱਗੇ ਦੱਸਦੇ ਆਂ ਸਭ ਤੋਂ ਪਹਿਲਾਂ ਇਹ ਦੇਖ ਲੈਣੇ ਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹਰਮੰਦਰ ਸ਼ਬਦ ਜਦੋਂ ਵੀ ਵਰਤਿਆ ਗਿਆ ਹੈ ਉਹਦਾ ਕੀ ਮਤਲਬ ਦੱਸਿਆ ਹੈ ਗੁਰੂ ਸਾਹਿਬਾਨਾ ਨੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਇਹ ਸ਼ਬਦ ਵਰਤਿਆ ਆਪਣੀ ਬਾਣੀ 'ਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਹਰਮੰਦਰ ਸੋਈ ਆਖੀ ਹੈ ਜਿੱਥੇ ਹਰ ਜਾਂਦਾ ਕਿ ਹਰਮੰਦਰ ਉਹਨੂੰ ਕਹਿੰਦੇ ਨੇ ਜਿੱਥੇ ਪਰਮਾਤਮਾ ਦਾ ਨਿਵਾਸ ਹੋਵੇ ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਕਿ ਉਹੀ ਮਨੁੱਖੀ ਸਰੀਰ ਅਸਲ ਹਰਮੰਦਰ ਹੈ ਜਿਸ ਦੇ ਅੰਦਰ ਰੱਬ ਨੂੰ ਪਛਾਣਿਆ ਜਾ ਸਕੇ ਉਹਨਾਂ ਨੇ ਮਨੁੱਖੀ ਸਰੀਰ ਨੂੰ ਹਰਮੰਦਰ ਕਿਹਾ ਏ ਇਸ ਤੋਂ ਹੋਰ ਅੱਗੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਬਾਹਰ ਮੂਲ ਨ ਖੋਜੀਐ ਕਰ ਮਾਹੇ ਵਿਧਾਤਾ ਕਿ ਬਾਹਰ ਲੱਭਣ ਦੀ ਤੁਹਾਨੂੰ ਲੋੜ ਨਹੀਂ ਹੈ ਉਹ ਤਾਂ ਤੁਹਾਡੇ ਅੰਦਰ ਹੀ ਵੱਸਦਾ ਏ ਇੱਥੋਂ ਜਮ੍ਹਾਂ ਹੀ ਕਲੀਅਰ ਕਰ ਦਿੰਦੇ ਨੇ ਉਹ ਕਿ ਹਰਮੰਦਰ ਤੁਹਾਡੇ ਅੰਦਰ ਹੀ ਆ ਤੁਹਾਨੂੰ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 953 ਤੇ ਇਹ ਬਾਣੀ ਦਰਜਾ ਹੁਣ ਇੱਕ ਕਿਸੇ ਵਿਦਵਾਨ ਦਾ ਮੈਂ ਆਰਟੀਕਲ ਪੜ ਰਿਹਾ ਸੀ ਉਹਨੇ ਬਹੁਤ ਸੋਹਣਾ ਇਹਨੂੰ ਐਕਸਪਲੇਨ ਕੀਤਾ ਹੈ ਸ਼ਬਦ ਨੂੰ ਹੁਣ ਹਰਬੰਦਰ ਸ਼ਬਦ ਦੇ ਜੇ ਤੁਸੀਂ ਲਗਾ ਮਾਤਰਾ ਸਾਰੀਆਂ ਤੋੜ ਕੇ ਦੇਖ ਲਓ ਇਹਨੂੰ ਬਿਲਕੁਲ ਸਰਲ ਕਰ ਦੋ ਤਾਂ ਹਰ ਯਾਨੀ ਕਿ ਹਾ ਹਾ ਰਾ ਮੰਦਰ ਦਾ ਬਣ ਜੂਗਾ ਮਮਾ ਨੰਨਾ ਆੜਾ ਨੰਨਾ ਦੱਦਾ ਰਾਰਾ ਇਹਨੂੰ ਪੜ ਕੇ ਜੇ ਆਪਾਂ ਦੇਖੀਏ ਉਹ ਬਣਦਾ ਹੈ ਹਰ ਮਨ ਅੰਦਰ ਇਹੀ ਤਾਂ ਗੁਰੂ ਸਾਹਿਬ ਫਰਮਾ ਰਹੇ ਨੇ ਕਿ ਹਰ ਮਨ ਦੇ ਅੰਦਰ ਹੀ ਪਰਮਾਤਮਾ ਵਸਦਾ ਹੈ ਹਰ ਮੰਦਰ ਮਤਲਬ ਕਿ ਹਰ ਮਨ ਅੰਦਰ ਗੁਰੂ ਅਮਰਦਾਸ ਜੀ ਨੇ ਇਹਨੂੰ ਹੋਰ ਵੀ ਸੌਖੀ ਭਾਸ਼ਾ ਸਮਝਾ ਦਿੱਤਾ ਹੈ ਬਾਣੀ ਹੈ ਗੁਰੂ ਅਮਰਦਾਸ ਜੀ ਦੀ ਕਾਇਆ ਹਰ ਮੰਦਰ ਹਰ ਆਪ ਸਵਾਰੇ ਗੁਰੂ ਗ੍ਰੰਥ ਸਾਹਿਬ ਦੇ 1059 ਅੰਗ ਤੇ ਇਹ ਬਾਣੀ ਦਰਜਾ ਇਹਦੇ ਚ ਹੁਣ ਕਿੰਨਾ ਸੌਖਾ ਦੱਸ ਦਿੱਤਾ ਹੈ ਕਾਇਆ ਕਾਇਆ ਦਾ ਮਤਲਬ ਮਨੁੱਖ ਦਾ ਸਰੀਰ ਕਾਇਆ ਹਰ ਮੰਦਰ ਹਰ ਆਪ ਸਵਾਰੇ ਕਿ ਮਨੁੱਖ ਦਾ ਸਰੀਰ ਹੀ ਪਰਮਾਤਮਾ ਦਾ ਮੰਦਰ ਹੈ ਪਰਮਾਤਮਾ ਦਾ ਘਰ ਹੈ ਜਿਹਨੂੰ ਪਰਮਾਤਮਾ ਆਪ ਸਜਾਉਂਦਾ ਸਵਾਰਦਾ ਹੈ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਕਿ ਹਰ ਮੰਦਰ ਸਹੀ ਹੈ ਇਹ ਸਰੀਰ ਹੀ ਹਰ ਮੰਦਰ ਹੈ ਗਿਆਨ ਰਤਨ ਪ੍ਰਗਟ ਹੋਏ ਕਿ ਗੁਰੂ ਦੇ ਗਿਆਨ ਨਾਲ ਹੀ ਇਹ ਪ੍ਰਗਟ ਹੋ ਸਕਦਾ ਹੈ ਜਿਹਨੂੰ ਗੁਰੂ ਦਾ ਗਿਆਨੀ ਹੈ ਉਹ ਇਹ ਹਰਮੰਦਰ ਨੂੰ ਦੇਖ ਹੀ ਨਹੀਂ ਸਕਦਾ ਆਪਣੇ ਅੰਦਰ ਦੇ ਹਰਮੰਦਰ ਨੂੰ ਅੱਗੇ ਗੁਰੂ ਅਮਰਦਾਸ ਜੀ ਆਪਣੀ ਬਾਣੀ ਚ ਲਿਖਦੇ ਨੇ ਹਰਮੰਦਰ ਇਹ ਜਗਤ ਹੈ ਗੁਰਬਿੰਨ ਘੋਰ ਅੰਧਾਰ ਉਹ ਸਰੀਰ ਤੱਕ ਸੀਮਿਤ ਨਹੀਂ ਰੱਖਦੇ ਉਹ ਕਹਿੰਦੇ ਨੇ ਇਹ ਪੂਰਾ ਜਗਤ ਹਰਮੰਦਰ ਹੈ ਇਹ ਪੂਰੀ ਦੁਨੀਆ ਹਰਮੰਦਰ ਹੈ ਤੇ ਗੁਰੂ ਤੋਂ ਬਿਨਾ ਸਭ ਪਾਸੇ ਅੰਧੇਰਾ ਹੀ ਦਿਖੇਗਾ ਸਿਰਫ ਗੁਰੂ ਦੇ ਗਿਆਨ ਨਾਲ ਹੀ ਇਹ ਹਰਮੰਦਰ ਦੇਖਿਆ ਜਾ ਸਕਦਾ ਹੈ ਅੰਦਰ ਵਾਲਾ ਵੀ ਤੇ ਬਾਹਰ ਵਾਲਾ ਵੀ ਹੁਣ ਇੱਥੇ ਇੱਕ ਚੀਜ਼ ਸਮਝਣ ਦੀ ਲੋੜ ਆ ਕਿ ਨਾ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਸਾਹਿਬ ਦਾ ਇਹ ਪਵਿੱਤਰ ਸਥਾਨ ਮੌਜੂਦ ਸੀ ਔਰ ਨਾ ਹੀ ਗੁਰੂ ਅਮਰਦਾਸ ਜੀ ਤੱਕ ਇਹ ਮੌਜੂਦ ਸੀ ਗੁਰੂ ਅਮਰਦਾਸ ਜੀ ਨੇ ਤਾਲ ਦੀ ਖੁਦਵਾਈ ਜ਼ਰੂਰ ਕਰਵਾਈ ਸੀ ਪਰ ਜੋ ਦਰਬਾਰ ਸਾਹਿਬ ਦੀ ਉਸਾਰੀ ਸ਼ੁਰੂ ਕਰਵਾਈ ਉਹ ਤਾਂ ਗੁਰੂ ਅਰਜਨ ਸਾਹਿਬ ਨੇ ਕਰਵਾਈ ਸੀ ਹੁਣ ਇਹ ਗੱਲ ਤਾਂ ਕਿਸੇ ਵੀ ਇਤਿਹਾਸਕਾਰ ਨੇ ਵੀ ਨਹੀਂ ਲਿਖੀ ਕਿ ਇਸਾ ਸਥਾਨ ਦਾ ਨਾਮ ਗੁਰੂ ਨਾਨਕ ਸਾਹਿਬ ਨੇ ਰੱਖਿਆ ਜਾਂ ਗੁਰੂ ਅਮਰਦਾਸ ਜੀ ਨੇ ਰੱਖਿਆ ਜਾਂ ਗੁਰੂ ਰਾਮਦਾਸ ਜੀ ਨੇ ਰੱਖਿਆ ਇਹ ਹੀ ਸਮਝਦੇ ਹਾਂ ਸੀ ਕਿ ਗੁਰੂ ਅਰਜਨ ਸਾਹਿਬ ਨੇ ਇਹ ਨਾਮ ਰੱਖਿਆ ਗੁਰੂ ਅਰਜਨ ਸਾਹਿਬ ਨੇ ਆਪਣੀ ਲਿਖੀ ਪਵਿੱਤਰ ਬਾਣੀ 'ਚ ਸਿਰਫ ਤਿੰਨ ਵਾਰ ਹਰਿਮੰਦਰ ਸ਼ਬਦ ਦਾ ਜ਼ਿਕਰ ਕੀਤਾ ਹੈ ਹੁਣ ਗੁਰੂ ਅਰਜਨ ਸਾਹਿਬ ਕੀ ਲਿਖਦੇ ਨੇ ਆਪਣੀ ਪਵਿੱਤਰ ਬਾਣੀ 'ਚ ਉਹ ਵੀ ਆਪਾਂ ਦੇਖ ਲੈਣੇ ਆ ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹੁਣ ਇਹ ਕਿਹਾ ਜਾਂਦਾ ਹੈ ਕਿ ਇਹਦੇ 'ਚ ਜੋ ਹਰਿਮੰਦਰ ਸ਼ਬਦ ਵਰਤਿਆ ਗਿਆ ਹੈ ਉਹੋ ਉਹ ਪਵਿੱਤਰ ਅਸਥਾਨ ਦੇ ਲਈ ਵਰਤਿਆ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਨੇ ਉਹ ਸਾਰੀ ਕਰਵਾਈ ਜਦੋਂ ਅਸੀਂ ਇਸ ਪਵਿੱਤਰ ਬਾਣੀ ਦੇ ਇਸ ਸ਼ਬਦ ਦੇ ਅਰਥ ਜਾਣਨੇ ਚਾਹੇ ਤਾਂ ਸਾਨੂੰ ਇਹ ਮਿਲੇ ਹਰ ਜਪੇ ਹਰ ਮੰਦਰ ਸਾਜਿਆ ਯਾਨੀ ਕਿ ਇਹ ਸਰੀਰ ਪਰਮਾਤਮਾ ਦੇ ਨਾਮ ਜਪਣ ਲਈ ਬਣਾਇਆ ਗਿਆ ਹੈ ਸੰਤ ਭਗਤ ਗੁਣ ਗਾਵੇ ਰਾਮ ਕਿ ਜੋ ਸੰਤ ਭਗਤ ਲੋਕ ਨੇ ਉਹ ਇਸ ਹਰ ਮੰਦਰ ਦੇ ਅੰਦਰ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਨੇ ਹੁਣ ਕਈ ਇਹ ਕਹਿ ਸਕਦੇ ਨੇ ਕਿ ਗੁਰੂ ਅਰਜਨ ਸਾਹਿਬ ਨੇ ਜੋ ਆਪਣੀ ਬਾਣੀ ਚ ਹਰਿਮੰਦਰ ਸ਼ਬਦ ਵਰਤਿਆ ਹੈ ਉਹ ਇਸੇ ਹੀ ਸਥਾਨ ਲਈ ਵਰਤਿਆ ਹੈ ਉਹਨਾਂ ਨੇ ਹੀ ਨਾਮ ਦਿੱਤਾ ਸੀ ਇਸ ਸਥਾਨ ਨੂੰ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਚ ਇਸ ਵਿਸ਼ੇ ਤੇ ਕੀ ਲਿਖਿਆ ਗਿਆ ਹੈ ਕਿ ਕਿਸੇ ਇੱਕ ਸਥਾਨ ਨੂੰ ਪ੍ਰਮਾਤਮਾ ਦਾ ਘਰ ਕਹਿਣਾ ਕਿ ਇੱਥੇ ਪ੍ਰਮਾਤਮਾ ਦਾ ਵਾਸਾ ਹੈ ਇਸ ਬਾਰੇ ਕੀ ਲਿਖਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਚ ਇਥੋਂ ਬਿਲਕੁਲ ਸਾਫ਼ ਹੋ ਜਾਏਗਾ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1349 ਤੇ ਦਰਜ ਪਵਿੱਤਰ ਬਾਣੀ ਚੋਂ ਤੁਸੀਂ ਪੜ੍ਹ ਸਕਦੇ ਹੋ ਦੱਖਣ ਦੇਸ਼ ਹਰੀ ਕਾ 바ਸਾ ਪੱਛਮ ਅੱਲੈ ਮੁਕਾਮਾ ਕਿ ਹਿੰਦੂ ਇਹ ਸਮਝਦੇ ਨੇ ਕਿ ਦੱਖਣ ਚ ਰੱਬ ਵੱਸਦਾ ਹੈ ਤੇ ਮੁਸਲਮਾਨ ਇਹ ਸਮਝਦੇ ਨੇ ਕਿ ਪੱਛਮ ਚ ਰੱਬ ਵੱਸਦਾ ਹੈ ਦਿਲ ਮੈਂ ਖੋਜ ਦਿਲੈ ਦਿਲ ਖੋਜੈ ਇਹੀ ਠੌਰ ਮੁਕਾਮਾ ਕਿ ਆਪਣੇ ਦਿਲ ਚ ਹੀ ਰੱਬ ਨੂੰ ਖੋਜੋ ਸਹੀ ਇੱਥੇ ਹੀ ਉਹਦਾ ਘਰ ਹੈ ਤੇ ਇਹੀ ਉਹਦਾ ਅਸਲੀ ਮੁਕਾਮ ਹੈ ਇਹੀ ਤਾਂ ਗੁਰੂ ਸਹਿਬਾਨਾ ਨੇ ਹਰਮੰਦਰ ਸ਼ਬਦ ਲਈ ਵਰਤਿਆ ਹੈ ਕਿ ਹਰਮੰਦਰ ਤੁਹਾਡੇ ਅੰਦਰ ਵੀ ਹਰ ਮੰਦਰ ਹੈ ਤੁਹਾਡਾ ਸ਼ਰੀਰ ਹੀ ਹਰ ਮੰਦਰ ਹੈ ਇਹ ਪੂਰਾ ਜਗਤ ਹਰ ਮੰਦਰ ਹੈ ਇਹੀ ਤਾਂ ਸਿੱਖ ਧਰਮ ਪਰਮਾਤਮਾ ਬਾਰੇ ਸੋਚਦਾ ਹੈ ਕਿ ਪਰਮਾਤਮਾ ਹਰ ਕਣ ਕਣ 'ਚ ਪਰਮਾਤਮਾ ਦਾ ਵਾਸਾ ਹੈ ਪਰਮਾਤਮਾ ਦਾ ਘਰ ਫਿਰ ਕਿਸੇ ਇੱਕ ਸਥਾਨ ਲਈ ਗੁਰੂ ਸਹਿਬਾਨ ਲਿਖ ਸਕਦੇ ਨੇ ਜਾਂ ਨਹੀਂ ਲਿਖ ਸਕਦੇ ਇਹ ਤੁਸੀਂ ਆਪ ਸੋਚ ਸਕਦੇ ਹੁਣ ਇੱਕ ਚੀਜ਼ ਤਾਂ ਤੁਹਾਨੂੰ ਕਲੀਅਰ ਹੋ ਗਈ ਕਿ ਗੁਰੂ ਨਾਨਕ ਸਾਹਿਬ ਨੇ ਗੁਰੂ ਅਮਰਦਾਸ ਜੀ ਨੇ ਤੇ ਗੁਰੂ ਅਰਜਨ ਸਾਹਿਬ ਨੇ ਆਪਣੀ ਪਵਿੱਤਰ ਬਾਣੀ 'ਚ ਹਰਮੰਦਰ ਸ਼ਬਦ ਇਹ ਧਾਰਮਿਕ ਸਥਾਨ ਹੀ ਆ ਕਿਸੇ ਵੀ ਹੋਰ ਧਾਰਮਿਕ ਸਥਾਨ ਲਈ ਨਹੀਂ ਵਰਤਿਆ ਹੈ ਹੁਣ ਜੇ ਅਸੀਂ ਇਹ ਕਹਿ ਰਹੇ ਆ ਇਹਦਾ ਬਿਲਕੁਲ ਮਤਲਬ ਇਹ ਨਹੀਂ ਆ ਕਿ ਦਰਬਾਰ ਸਾਹਿਬ ਦੀ ਗੁਰਸੈਬਾਨਾ ਵੇਲੇ ਕੋਈ ਅਹਿਮੀਅਤ ਨਹੀਂ ਸੀ ਬਹੁਤ ਜ਼ਿਆਦਾ ਅਹਿਮੀਅਤ ਸੀ ਦਰਬਾਰ ਸਾਹਿਬ ਦੀ ਸਿੱਖਾਂ ਦਾ ਪਹਿਲਾ ਕੇਂਦਰੀ ਸਥਾਨ ਸੀ ਇਹ ਇਸੇ ਹੀ ਸਥਾਨ ਤੇ ਆਦ ਗ੍ਰੰਥ ਸਾਹਿਬ ਦੀ ਰਚਨਾ ਹੋਈ ਜੋ ਸਾਡੇ ਗੁਰੂ ਸਹਿਬਾਨ ਦੇ ਸਮੇ ਬਹੁਤ ਜ਼ਿਆਦਾ ਅਹਿਮੀਅਤ ਸੀ ਇਸ ਸਥਾਨ ਦੀ ਹੁਣ ਜੇ ਗੁਰੂ ਗ੍ਰੰਥ ਸਾਹਿਬ ਚ ਹਰਮੰਦਰ ਸ਼ਬਦ ਇਸ ਸਥਾਨ ਲਈ ਨਹੀਂ ਵਰਤਿਆ ਗਿਆ ਤਾਂ ਗੁਰੂ ਸਹਿਬਾਨਾਂ ਦੇ ਸਮਿਆਂ ਚ ਇਸ ਪਵਿੱਤਰ ਸਥਾਨ ਨੂੰ ਕੀ ਕਿਹਾ ਜਾਂਦਾ ਸੀ ਕਈ ਇਤਿਹਾਸਿਕ ਸਰੋਤਾਂ ਦੇ ਮੁਤਾਬਿਕ ਇਸ ਪਵਿੱਤਰ ਸਥਾਨ ਨੂੰ ਗੁਰੂ ਕਾਲ ਚ ਹਰਮੰਦਰ ਸਾਹਿਬ ਨਹੀਂ ਦਰਬਾਰ ਸਾਹਿਬ ਕਿਹਾ ਜਾਂਦਾ ਸੀ ਹੁਣ ਇੱਕ ਚੀਜ਼ ਤੁਸੀਂ ਨੋਟ ਕਰਿਓ ਕਿ ਜਦੋਂ ਵੀ ਆਪਾਂ ਕਦੇ ਅੰਮ੍ਰਿਤਸਰ ਜਾਣਾ ਹੁੰਦਾ ਹੈ ਮੱਥਾ ਟੇਕਣ ਅੱਪਾ ਕੀ ਕਹਿੰਨੇ ਆ ਆਪਾਂ ਇਹ ਕਹਿੰਨੇ ਆ ਨਾ ਕਿ ਦਰਬਾਰ ਸਾਹਿਬ ਜਾਣਾ ਮੱਥਾ ਟੇਕਣ ਤਕਰੀਬਨ 90 95% ਲੋਕ ਇਹੀ ਕਹਿੰਦੇ ਹੋਣਗੇ ਇਹ ਜੋ ਗੱਲਾਂ ਹੁੰਦੀਆਂ ਨੇ ਇਹ ਪੀੜੀ ਦਰ ਪੀੜੀ ਆਪਣੇ ਨਾਲ ਹੀ ਰਹਿੰਦੀਆਂ ਨੇ ਆਪਣੇ ਅੰਦਰ ਹੀ ਵਸ ਜਾਂਦੀਆਂ ਨੇ ਇਤਿਹਾਸ ਦਾ ਚਾਹੇ ਆਪਾਂ ਨੂੰ ਪਤਾ ਹੋਵੇ ਚਾਹੇ ਨਹੀਂ ਪਤਾ ਹੋਵੇ ਪਰ ਜੋ ਅਸਲੀ ਚੀਜ਼ਾਂ ਹੁੰਦੀਆਂ ਨੇ ਉਹ ਆਪਣੇ ਅੰਦਰ ਵਸੀਆਂ ਹੁੰਦੀਆਂ ਨੇ ਜਿਵੇਂ ਹੁਣ ਇੱਕ ਸ਼ਬਦ ਤੁਸੀਂ ਬਹੁਤ ਵਰਤਦੇ ਹੋਵੋਗੇ ਸੱਚੇ ਪਾਤਸ਼ਾਹ ਅਪਾ ਬहोत ਗੱਲਾਂ ਤੇ ਇਹ ਕਹਿੰਨੇ ਆ ਕਿ ਹੇ ਸੱਚੇ ਪਾਤਸ਼ਾਹ ਹੁਣ ਸੱਚੇ ਪਾਤਸ਼ਾਹ ਦਾ ਮਤਲਬ ਕੀ ਹੈ ਕਿਸ ਨੂੰ ਕਹਿੰਦੇ ਸੀ ਸੱਚਾ ਪਾਤਸ਼ਾਹ ਜੋ ਮੁਗਲ ਬਾਦਸ਼ਾਹ ਹੁੰਦੇ ਸੀ ਉਹਨਾਂ ਨੂੰ ਉਹਨਾਂ ਦੀ ਪ੍ਰਜਾ ਪਾਤਸ਼ਾਹ ਕਹਿੰਦੀ ਸੀ ਪਰ ਜਦੋਂ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਤੇ ਅਕਾਲ ਤਖਤ ਦੀ ਸਿਰਜਣਾ ਕੀਤੀ ਜਿਹਨੂੰ ਉਦੋਂ ਅਕਾਲ ਬੁੰਗਾ ਕਹਿੰਦੇ ਸੀ ਮੁਗਲਾਂ ਦੇ ਤਖਤ ਦੇ ਬਰਾਬਰ ਜਦੋਂ ਇੱਕ ਤਖਤ ਦੀ ਸਿਰਜਣਾ ਕੀਤੀ ਉਸ ਤਖਤ ਤੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਦੇ ਮਸਲਿਆਂ ਦੇ ਫੈਸਲੇ ਕਰਦੇ ਸੀ ਫਿਰ ਉਦੋਂ ਪਹਿਲੀ ਵਾਰ ਸਿੱਖ ਸੰਗਤ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚਾ ਪਾਤਸ਼ਾਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੋਊਗਾ ਮੁਗਲਾਂ ਦਾ ਪਾਤਸ਼ਾਹ ਸਾਡਾ ਤਾਂ ਸੱਚਾ ਪਾਤਸ਼ਾਹ ਇਹੀ ਆ ਉਸ ਤੋਂ ਬਾਅਦ ਜਿੰਨੇ ਵੀ ਗੁਰੂ ਸਹਿਬਾਨ ਹੋਏ ਨੇ ਉਹਨਾਂ ਨੂੰ ਸੱਚਾ ਪਾਤਸ਼ਾਹ ਹੀ ਕਹਿੰਦੀ ਸੀ ਪਿਆਰ ਨਾਲ ਸੰਗਤ ਹੁਣ ਪਾਤਸ਼ਾਹ ਯਾਨੀ ਕਿ ਬਾਦਸ਼ਾਹ ਬਾਦਸ਼ਾਹ ਅੱppa ਵੀ ਕਹਿੰਦੇ ਆ ਨਾ ਕਿ ਬਾਦਸ਼ਾਹਾਂ ਦੇ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬਾਂ ਉਂ ਕੀ ਤਰੀਕੇ ਜ਼ਿੰਦਗੀ ਜੀ ਰਹੇ ਆ ਗੁਰੂ ਸਹਿਬਾਨਾਂ ਦਾ ਦਰਜਾ ਕਿਸੇ ਰਾਜੇ ਮਹਾਰਾਜਿਆਂ ਦੀ ਤਰ੍ਹਾਂ ਦੇਖਦੀ ਸੀ ਸੰਗਤ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਵੀ ਦੇਖੋ ਕਲਗੀ ਸਜਾਉਂਦੇ ਸੀ ਬਾਜ਼ ਰੱਖਦੇ ਸੀ ਘੋੜਾ ਰੱਖਦੇ ਸੀ ਤਖਤ ਤੇ ਵਿਰਾਜਮਾਨ ਹੁੰਦੇ ਸੀ ਗੁਰੂ ਹਰਗੋਬਿੰਦ ਸਾਹਿਬ ਵੀ ਕਲਗੀ ਸਜਾਉਂਦੇ ਸੀ ਇੱਕ ਤਖਤ ਤੇ ਵਿਰਾਜਮਾਨ ਹੁੰਦੇ ਸੀ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਦੇ ਸੀ ਗੁਰੂ ਸਹਿਬਾਨਾਂ ਦਾ ਦਰਬਾਰ ਸਜਦਾ ਸੀ ਉੱਥੇ ਫਿਰ ਸੰਗਤ ਦਰਬਾਰ ਸਾਹਿਬ ਕਹਿੰਦੀ ਹੁੰਦੀ ਸੀ ਉਦੋਂ ਹੁਣ ਅਸੀਂ ਆ ਜਾਨਨੇ ਆ ਉਸ ਗੱਲ ਤੇ ਜਿੱਥੋਂ ਇਹ ਪੂਰੀ ਗਲਤਫਹਿਮੀ ਸ਼ੁਰੂ ਹੋਈ ਉਹ ਕਿਤਾਬ ਜਿਸ ਚ ਇਹ ਗਲਤਮਲਤ ਇਤਿਹਾਸ ਲਿਖਿਆ ਗਿਆ ਇਸ ਕਿਤਾਬ ਚ ਇਹੋ ਜਿਹਾ ਕੀ ਲਿਖਿਆ ਗਿਆ ਸੀ ਕਦੋਂ ਇਹ ਕਿਤਾਬ ਲਿਖੀ ਸੀ ਕਿਸ ਨੇ ਇਹ ਕਿਤਾਬ ਲਿਖੀ ਸੀ ਫਿਰ ਕੀ ਹੋਇਆ ਇਸ ਕਿਤਾਬ ਦੇ ਨਾਲ ਇਹ ਕਿਤਾਬ ਦਾ ਨਾਮ ਹੈ ਗੁਰਬਿਲਾਸ ਪਾਤਸ਼ਾਹੀ 6ਵੀਂ 1718 ਚ ਇੱਕ ਕਿਤਾਬ ਲਿਖੀ ਗਈ ਆ ਲਿਖਾਰੀ ਪਤਾ ਨਹੀਂ ਐ ਇਸ ਕਿਤਾਬ ਦਾ ਕੌਣ ਐ ਤੁਸੀਂ ਸੋਚ ਕੇ ਦੇਖੋ ਜਿਨੇ ਕਿਤਾਬ ਲਿਖੀ ਆ ਪੁਰਾਣੀਆਂ ਤੋਂ ਪੁਰਾਣੀਆਂ ਲਿਖਤਾ ਪਈਆਂ ਹਜ਼ਾਰਾਂ ਸਾਲ ਪੁਰਾਣੀਆਂ ਲਿਖਾਰੀ ਦਾ ਨਾਮ ਤਾਂ ਪਤਾ ਹੁੰਦਾ ਨਾ ਕਿ ਕਿਸਨੇ ਲਿਖੀ ਆ ਇਸ ਕਿਤਾਬ ਦੇ ਲਿਖਾਰੀ ਦਾ ਨਾਮ ਹੀ ਨਹੀਂ ਪਤਾ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ 10 ਸਾਲ ਬਾਅਦ ਇਹ ਕਿਤਾਬ ਲਿਖੀ ਗਈ ਯਾਨੀ ਕਿ ਗੁਰੂ ਕਾਲ ਚ ਇਹੋ ਜੀਆਂ ਕੋਈ ਗੱਲਾਂ ਨਿਕਲ ਕੇ ਸਾਹਮਣੇ ਨਹੀਂ ਆਈਆਂ ਇਸ ਕਿਤਾਬ ਚ ਲਿਖਿਆ ਗਿਆ ਹੈ ਕਿ ਜਦੋਂ ਸਰੋਵਰ ਦੀ ਖਦਵਾਈ ਹੋ ਰਹੀ ਸੀ ਤਾਲ ਪੱਕਾ ਕੀਤਾ ਜਾ ਰਿਹਾ ਸੀ ਉਸੇ ਹੀ ਸਮੇਂ ਵਿਸ਼ਨੂੰ ਭਗਵਾਨ ਇਹ ਸੋਚਦੇ ਨੇ ਕਿ ਮੈਂ ਇਸ ਸਥਾਨ ਤੇ ਜਾਵਾਂ ਉਹ ਹੋਰ ਦੇਵਤਿਆਂ ਦੇ ਨਾਲ ਫਿਰ ਸਥਾਨ ਤੇ ਆ ਜਾਂਦੇ ਨੇ ਔਰ ਮਨੁੱਖੀ ਰੂਪ ਲੈ ਕੇ ਆ ਜਾਂਦੇ ਨੇ ਫਿਰ ਉਹ ਸੇਵਾ ਕਰਨ ਲੱਗ ਜਾਂਦੇ ਨੇ ਤਾਂ ਜਿਹੜੀ ਸੰਗਤ ਸੀਗੀ ਉਹ ਇਹਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਆ ਕਿ ਇਹ ਬੜੇ ਸੋਹਣੇ ਲੋਕ ਨੇ ਪਹਿਲਾਂ ਤਾਂ ਕਦੇ ਦੇਖੇ ਨਹੀਂ ਇਹ ਇਹ ਕੌਣ ਨੇ ਉਹ ਜਾ ਕੇ ਫਿਰ ਗੁਰੂ ਅਰਜਨ ਸਾਹਿਬ ਨੂੰ ਦੱਸਦੇ ਨੇ ਕਿ ਬਹੁਤ ਸੋਹਣੇ ਮਨੁੱਖ ਨੇ ਪਹਿਲਾਂ ਉਹ ਦੇਖੇ ਨਹੀਂ ਹੈਗੇ ਅਸੀਂ ਉਹ ਸੇਵਾ ਕਰਨ ਆਏ ਹੋਏ ਨੇ ਉਹਨਾਂ ਚੋਂ ਇੱਕ ਇਹ ਜਿਹਾ ਹੈ ਜਿਨੇ ਬੱਠਲ ਚੱਕਿਆ ਹੋਇਆ ਹੈ ਪਰ ਬੱਠਲ ਉਹਦੇ ਸਿਰ ਤੋਂ ਇੱਕ ਗਿੱਠ ਉੱਚਾ ਹੈ ਹੁਣੇ ਕਿਤਾਬ ਚ ਇਹ ਲਿਖਿਆ ਗਿਆ ਹੈ ਕਿ ਗੁਰੂ ਸਾਹਿਬ ਫਿਰ ਸਮਝ ਜਾਂਦੇ ਨੇ ਕਿ ਇੱਥੇ ਤਾਂ ਖੁਦ ਪਰਮਾਤਮਾ ਸੇਵਾ ਕਰਨ ਆਇਆ ਹੋਇਆ ਹੈ ਗੁਰੂ ਅਰਜਨ ਸਾਹਿਬ ਜਦੋਂ ਜਾਣਦੇ ਨੇ ਤਾਂ ਉਹ ਮਨੁੱਖ ਫਿਰ ਦੇਵਤੇ ਦਾ ਰੂਪ ਧਾਰਨ ਕਰ ਲੈਂਦਾ ਹੈ ਉਹ ਵਿਸ਼ਨੂੰ ਜੀ ਦਾ ਰੂਪ ਧਾਰਨ ਕਰ ਲੈਂਦਾ ਹੈ। अनेका ਹੀ ਫਿਰ ਉਹਨਾਂ ਦੇ ਬਾਹਾਂ ਪ੍ਰਗਟ ਹੋ ਜਾਂਦੀਆਂ ਨੇ ਤੇ ਉਹ ਗੁਰੂ ਅਰਜਨ ਸਾਹਿਬ ਨੂੰ ਗੱਲ ਨਾਲ ਲਾ ਲੈਂਦੇ ਨੇ। ਤੇ ਵਿਸ਼ਨੂੰ ਜੀ ਫਿਰ ਇੱਥੇ ਕਹਿੰਦੇ ਨੇ ਕਿ ਤੁਸੀਂ ਸਾਡੇ ਨਾਮ ਦਾ ਮੰਦਿਰ ਬਣਾਓ ਇਸ ਜਗ੍ਹਾ ਤੇ। ਉਹਦਾ ਨਾਮ ਰੱਖੋ ਹਰਮੰਦਰ। ਫਿਰ ਅੱਗੇ ਜਾ ਕੇ ਤੁਹਾਡਾ ਪੁੱਤਰ ਜੋ ਸਾਡਾ ਹੀ ਰੂਪ ਹੋਏਗਾ ਫਿਰ ਉਹ ਇੱਥੇ ਇੱਕ ਤਖਤ ਸਿਰਜੇਗਾ। ਇੱਥੋਂ ਹੀ ਫਿਰ ਉਹ ਗੱਲ ਕਹੀ ਗਈ ਕਿ ਇਸ ਤੋਂ ਬਾਅਦ ਹੀ ਗੁਰੂ ਅਰਜਨ ਸਾਹਿਬ ਨੇ ਇੱਕ ਸ਼ਬਦ ਰਚਿਆ ਕਿ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ RAM ਹੁਣ ਇਹ ਜੋ ਲੋਕ ਸੀਗੇ ਇਹੋ ਜਿਹਿਆਂ ਕਿਤਾਬਾਂ ਲਿਖਣ ਵਾਲੇ ਇਹੋ ਜਿਹਿਆਂ ਗਲਤ ਕਹਾਣੀਆਂ ਲਿਖਣ ਵਾਲੇ ਇਹ ਬਹੁਤ ਚਲਾਕ ਲੋਕ ਸੀਗੇ ਇਹ ਬਹੁਤ ਬੇਈਮਾਨ ਲੋਕ ਸੀਗੇ ਪਹਿਲਾਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸੀ ਇਹਨਾਂ ਲੋਕਾਂ ਨੂੰ ਫਿਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਚੋਂ ਬਾਣੀ ਦੇਖੀ ਉਹ ਪੰਕਤੀਆਂ ਜਿਨ੍ਹਾਂ ਦਾ ਇਸਤੇਮਾਲ ਇੱਕ ਝੂਠੀ ਕਹਾਣੀ ਕਢਣ ਲਈ ਇਹ ਕਰ ਸਕਨ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ RAM ਜੀਓ ਕਿ ਇਸ ਗੁਰੂ ਅਰਜਨ ਸਾਹਿਬ ਦੀ ਰਚੀ ਹੋਈ ਬਾਣੀ ਦੇ ird gird ਅਸੀਂ ਕਿਹੜੀ ਝੂਠੀ ਕਹਾਣੀ ਕਢ ਸਕਦੇ ਆ ਫਿਰ ਇਹ ਝੂਠੀ ਕਹਾਣੀ ਕਢੀ ਗਈ ਇਹ ਕਿਤਾਬ ਤੇ ਸਵਾਲ ਕਿਉਂ ਖੜੇ ਹੁੰਦੇ ਨੇ ਸਿਰਫ ਇਹੀ ਇੱਕ ਗੱਲ ਨਹੀਂ ਐ ਜੋ ਗਲਤ ਲਿਖੀ ਗਈ ਆ ਇਸ ਕਿਤਾਬ ਚ ਇਨੇਕਾਂ ਹੀ ਇਸ ਤਰ੍ਹਾਂ ਦੀਆਂ ਗੱਲਾਂ ਨੇ ਜੋ ਸਿੱਖੀ ਸਿਧਾਂਤਾਂ ਦੇ ਉਲਟ ਲਿਖੀਆਂ ਗਈਆਂ ਨੇ ਇਸ ਕਿਤਾਬ ਚ ਗੁਰੂ ਸਹਿਬਾਨਾਂ ਨੂੰ ਅਵਤਾਰ ਦੱਸਿਆ ਗਿਆ ਹੈ अनेਕਾਂ ਹੀ ਚਮਤਕਾਰ ਦੱਸੇ ਗਏ ਨੇ ਨੇਕਾਂ ਹੀ ਵਹਿਮਾ ਪਰਮਾ ਦੀਆਂ ਸਾਖੀਆਂ ਇਸ ਕਿਤਾਬ ਚ ਲਿਖੀਆਂ ਗਈਆਂ ਨੇ ਇਹ ਕਿਤਾਬ ਲਿਖੀ ਕਿਹੜੇ ਸਮਿਆਂ ਚ ਗਈ ਆ ਉਥੋਂ ਵੀ ਪਤਾ ਆਪਾਂ ਨੂੰ ਚੱਲਦਾ ਹੈ ਗੁਰੂ ਸਹਿਬਾਨਾਂ ਦੇ ਸਮਿਆਂ ਚ ਇਹ ਕਿਤਾਬ ਲਿਖੀ ਨਹੀਂ ਗਈ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਚ ਇਹ ਕਿਤਾਬ ਦਾ ਲਿਖਾਰੀ ਮੌਜੂਦ ਸੀ ਪਰ ਇਹਦੀ ਹਿੰਮਤ ਨਹੀਂ ਹੋਈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਡਰ ਹੀ ਇੰਨਾ ਜੀ ਇਹੋ ਜਿਹੇ ਪਾਪੀਆਂ ਨੂੰ ਕਿ ਇਹ ਕੁਝ ਗਲਤ ਲਿਖ ਨਹੀਂ ਸਕਦੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ 10 ਸਾਲ ਬਾਅਦ ਇੱਕ ਕਿਤਾਬ ਲਿਖੀ ਗਈ ਪਤਾ ਹੋ ਗਿਆ ਕਿਹੋ ਜਿਹਾ ਸਮਾਂ ਸੀਗਾ ਉਹ ਸਿੱਖਾਂ ਲਈ ਕਿੰਨਾ ਔਖਾ ਸਮਾਂ ਸੀਗਾ ਤੁਸੀਂ ਖੁਦ ਸੋਚ ਸਕਦੇ ਹੋ ਉਹਨਾਂ ਸਮਿਆਂ 'ਚ ਸਿੱਖਾਂ ਦੇ ਜਿਹੜੇ ਜਰਨਲ ਸੀ ਉਹ ਆਪਣੀ ਕੌਮ ਨੂੰ ਬਚਾਉਣ 'ਚ ਲੱਗੇ ਹੋਏ ਸੀ ਤਾਂ ਉਦੋਂ ਇਹ ਬੇਈਮਾਨ ਲੋਕਾਂ ਨੇ ਇਹੋ ਜੀਆਂ ਝੂਠੀਆਂ ਕਿਤਾਬਾਂ ਰਚੀਆਂ ਤਾਂ ਕਿ ਅੱਗੇ ਜਾ ਕੇ ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਕਮਜ਼ੋਰ ਕੀਤਾ ਜਾ ਸਕੇ ਜਦੋਂ ਸੂਝਵਾਨ ਸਿੱਖਾਂ ਨੂੰ ਇਹ ਪਤਾ ਚੱਲਿਆ ਕਿ ਇਹ ਕਿਤਾਬ ਪਿੱਛੇ ਕੀ ਬੇਈਮਾਨੀ ਲੁਕੀ ਹੋਈ ਹੈ ਤਾਂ ਇਸ ਕਿਤਾਬ ਨੂੰ ਐਸਜੀਪੀਸੀ ਨੇ ਬੈਨ ਕਰ ਦਿੱਤਾ ਹੁਣ ਜਿਹੜੀ ਕਿਤਾਬ ਧਰਮ ਚੋਂ ਹੀ ਖਾਰਜ ਕਰ ਦਿੱਤੀ ਗਈ ਆ ਉਹਦਾ ਬਹੁਤ ਵੱਡਾ ਕਾਰਨ ਹੋਣਾ ਤਾਂ ਹੁਣ ਇੱਥੇ ਮੇਰੀ ਬੇਨਤੀ ਕਿ ਇਹੋ ਜੇ ਲੋਕਾਂ ਨੇ ਕਿੰਨਾ ਖਿਲਵਾੜ ਕੀਤਾ ਇਸ ਇਤਿਹਾਸ ਨਾਲ ਪਰ ਸਾਨੂੰ ਆਪਣੀਆਂ ਗਲਤੀਆਂ ਵੱਲ ਵੀ ਦੇਖਣਾ ਪੈਣਾ ਹੈ ਕਿ ਅਸੀਂ ਕੀ ਕੀਤਾ ਹੈ ਤੇ ਹੁਣ ਵੀ ਕਰ ਰਹੇ ਹਾਂ ਹਰਮੰਦਰ ਸ਼ਬਦ ਤਾਂ ਚਲੋ ਸਾਡੇ ਗੁਰੂ ਸਾਹਿਬਾਨਾਂ ਦਾ ਬਾਣੀ ਚ ਵਰਤਿਆ ਹੋਇਆ ਸ਼ਬਦ ਹੈ ਇੱਕ ਪਵਿੱਤਰ ਸ਼ਬਦ ਹੈ ਪਰ ਅਸੀਂ ਆਪਣੇ ਦਰਬਾਰ ਸਾਹਿਬ ਨੂੰ ਅੰਗਰੇਜ਼ਾਂ ਦਾ ਦਿੱਤਾ ਹੋਇਆ ਜੋ ਨਾਮ ਹੈ 골ਡਨ ਟੈਂਪਲ ਕਹੀ ਜਾਂਦੇ ਆ ਇਹ ਕਿੰਨਾ ਕੁ ਸਹੀ ਆ ਹੁਣ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸ਼ਰਧਾ ਦੇ ਮੁਤਾਬਿਕ ਇਸ ਪਵਿੱਤਰ ਸਥਾਨ ਤੇ ਸੋਨੇ ਦੀ ਸੇਵਾ ਕਰਵਾ ਦਿੱਤੀ ਤੇ ਅੰਗਰੇਜ਼ ਆਏ ਅੰਗਰੇਜ਼ਾਂ ਨੇ ਸਿਰਫ ਉਹ ਸੋਨਾ ਦੇਖ ਕੇ ਹੀ ਇਹਨੂੰ ਗੋਲਡਨ ਟੈਂਪਲ ਆਖਣਾ ਸ਼ੁਰੂ ਕਰ ਦਿੱਤਾ ਤੇ ਅਸੀਂ ਵੀ ਸਾਰੇ ਇਹਨਾਂ ਦੇ ਮਗਰ ਲੱਗ ਕੇ ਗੋਲਡਨ ਟੈਂਪਲ ਹੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਬਾਹਰੋਂ ਕੋਈ ਵੀ ਆਉਂਦਾ ਹੈ ਬਾਹਰਲੇ ਸੂਬੇ ਚੋਂ ਕੋਈ ਆਉਂਦਾ ਹੈ ਜਾਂ ਬਾਹਰਲੇ ਮੁਲਕ ਚੋਂ ਕੋਈ ਆਉਂਦਾ ਹੈ ਉਹ ਆ ਕੇ ਸਾਨੂੰ ਪੁੱਛਦੇ ਨੇ ਕਿ ਗੋਲਡਨ ਟੈਂਪਲ ਜਾਣਾ ਹੈ ਜੀ ਅਸੀਂ ਕਹਿੰਦੇ ਹਾਂ ਹਾਂ ਆਹੀ ਆ ਗੋਲਡਨ ਟੈਂਪਲ ਅਸੀਂ ਕਿਉਂ ਨਹੀਂ ਦੱਸ ਸਕੇ ਇਸ ਦੁਨੀਆ ਨੂੰ ਕਿ ਸਾਡੇ ਧਾਰਮਿਕ ਸਥਾਨਾਂ ਨੂੰ ਗੁਰਦੁਆਰਾ ਸਾਹਿਬ ਕਹਿੰਦੇ ਨੇ ਗੁਰੂ ਘਰ ਕਹਿੰਦੇ ਨੇ ਬਾਹਰਲੇ ਮੁਲਕਾਂ 'ਚ ਵੀ ਕਈ ਗੁਰੂ ਘਰ ਇਹੋ ਜਿਹੇ ਨੇ ਜਿੱਥੇ ਸਿੱਖ ਟੈਂਪਲ ਲਿਖ ਦਿੱਤਾ ਜਾਂਦਾ Google ਤੇ ਸਰਚ ਮਾਰ ਕੇ ਦੇਖ ਲਓ ਤੁਸੀਂ ਸਿੱਖ ਟੈਂਪਲ ਅੱਗੇ ਕਿਸੇ ਮੁਲਕ ਦਾ ਨਾਮ ਲਿਖ ਦਿਓ ਟੈਂਪਲ ਸ਼ਬਦ ਨਾਲ ਸਾਡਾ ਕੋਈ ਵੀ ਵੈਰ ਵਿਰੋਧ ਨਹੀਂ ਹੈ ਪਰ ਗੁਰੂ ਘਰ ਨੇ ਤਾਂ ਇਹਨਾਂ ਨੂੰ ਗੁਰੂ ਘਰ ਕਹੋ ਦੁਨੀਆ ਨੂੰ ਅਸੀਂ ਕਿਉਣੀ ਇਹ ਚੀਜ਼ ਦੱਸ ਸਕੇ ਕਿ ਸਾਡੇ ਧਾਰਮਿਕ ਸਥਾਨਾਂ ਨੂੰ ਗੁਰਦੁਆਰਾ ਕਹਿੰਦੇ ਨੇ ਗੁਰੂ ਘਰ ਕਹਿੰਦੇ ਨੇ ਕਦੇ ਕਿਸੇ 크ਰਿਸਚਨ ਨੂੰ ਇਹ ਕਹਿੰਦੇ ਸੁਣਿਆ ਹੈ ਚਰਚ ਲਈ ਕਿ ਇਹ 크ਰਿਸਚਨ ਟੈਂਪਲ ਹੈ ਕਦੇ ਕਿਸੇ ਮੁਸਲਮਾਨ ਨੇ ਆਖਿਆ ਹੋਵੇ ਮਸਜਿਦ ਲਈ ਜਾਂ ਮਸਜਿਦ ਲਈ ਕਿ ਇਹ ਮੁਸਲਮ ਟੈਂਪਲ ਹੈ ਪੂਰੀ ਦੁਨੀਆ ਨੂੰ ਦੱਸਣ ਦੀ ਲੋੜ ਆ ਕਿ ਸਾਡੇ ਧਾਰਮਿਕ ਸਥਾਨਾਂ ਨੂੰ ਗੁਰਦੁਆਰਾ ਕਿਹਾ ਜਾਂਦਾ ਹੈ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰਾ ਮਕਸਦ ਕਿਸੇ ਨੂੰ ਵੀ ਨੀਮਾ ਦਿਖਾਉਣਾ ਜਾਂ ਕਿਸੇ ਦਾ ਵੀ ਦਿਲ ਦਿਖਾਉਣਾ ਨਹੀਂ ਹੈ ਪਰ ਇਤਿਹਾਸ 'ਚ ਜੋ ਗਲਤੀਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਤਾਂ ਗਲਤ ਕਹਿ ਰਹੇ ਹਾਂ ਪਰ ਸਾਨੂੰ ਆਪਣੀਆਂ ਗਲਤੀਆਂ ਵੱਲ ਵੀ ਦੇਖਣਾ ਪਏਗਾ ਨਹੀਂ ਤਾਂ ਸਾਡੀਆਂ ਅਗਲੀਆਂ ਨਸਲਾਂ ਹੋ ਸਕਦਾ ਇਹ ਗਲਤੀਆਂ ਲਈ ਸਾਨੂੰ ਮਾਫ ਨਾ ਕਰਨ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ 'ਚ ਕੋਈ ਵੀ ਸ਼ਬਦ ਉਚਾਨੀਮਾ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਇਤਿਹਾਸ ਦੱਸਦੇ ਹਾਂ ਕੋਈ ਵੀ ਗਲਤੀ ਹੋ ਗਈ ਹੋਵੇ ਜਾਂ ਪਵਿੱਤਰ ਬਾਣੀ ਦਾ ਉਚਾਰਨ ਕਰਦਿਆਂ ਕੋਈ ਵੀ ਪੁਲਚੁਕ ਹੋ ਗਈ ਹੋਵੇ ਤਾਂ ਅਸੀਂ ਪਰਮਪਿਤਾ ਪਰਮਾਤਮਾ ਤੋਂ ਤੇ ਪੂਰੀ ਸੰਗਤ ਤੋਂ ਦੀ ਮਾਫੀ ਮੰਗਦੇ ਹਾਂ ਇਹ ਵੀਡੀਓ ਜਿਵੇਂ ਅਸੀਂ ਸ਼ੁਰੂ ਚ ਹੀ ਕਿਹਾ ਕਿ ਕਿਸੇ ਨੂੰ ਵੀ ਭੜਕਾਉਣ ਲਈ ਇਹ ਵੀਡੀਓ ਨਹੀਂ ਬਣਾਈ ਗਈ ਇਸ ਵੀਡੀਓ ਨੂੰ ਕਿਸੇ ਤਰੀਕੇ ਨਾਲ ਵੀ ਕੱਟ ਵੱਢ ਕੇ ਕਿਸੇ ਵੀ ਪੇਜ ਤੇ ਜਾਂ ਕਿਸੇ ਵੀ ਪਲੇਟਫਾਰਮ ਤੇ ਨਾ ਪਾਇਆ ਜਾਵੇ ਕਿਸੇ ਵੀ ਧਰਮ ਦੇ ਖਿਲਾਫ ਇਹ ਵੀਡੀਓ ਨਹੀਂ ਹੈ ਕਿਸੇ ਵੀ ਦੇਵੀ ਦੇਵਤੇ ਦੇ ਖਿਲਾਫ ਇਹ ਵੀਡੀਓ ਨਹੀਂ ਹੈ ਸਾਡਾ ਮਕਸਦ ਹਮੇਸ਼ਾ ਭਾਈਚਾਰਾ ਕਾਇਮ ਕਰਨਾ ਹੀ ਹੈ ਤੇ ਉਹੀ ਰਹੇਗਾ ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਹੋ ਤਾਂ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਫਲਸਫੇ ਤੋਂ ਉਲਟ ਨਹੀਂ ਚੱਲ ਸਕਦੇ ਪਰ ਫਿਰ ਵੀ ਸਾਡੀ ਕਿਸੇ ਵੀ ਗੱਲ ਨਾਲ ਜੇ ਕਿਸੇ ਵੀ Hindu ਭੈਣ ਭਰਾ ਦਾ ਦਿਲ ਦੁਖਿਆ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਸਾਡੀ ਮਨਸ਼ਾ ਕਿਸੇ ਦਾ ਵੀ ਦਿਲ ਦਿਖਾਉਣ ਦੀ ਬਿਲਕੁਲ ਨਹੀਂ ਹੈਗੀ ਸਿੱਖ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬ ਸਿਆ ਦੇ Facebook ਪੇਜ ਨੂੰ ਤੁਸੀਂ ਲਾਈਕ ਕਰ ਸਕਦੇ ਹੋ ਪੰਜਾਬ ਸਿਆਣ ਦੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਤੇ ਤੁਸੀਂ ਕਲਿੱਕ ਕਰ ਸਕਦੇ ਹੋ ਤਾਂ ਜੋ ਸਾਡੀਆਂ ਅਗਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਮਿਸ ਨਾ ਹੋਣ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਤ ਤਾਂ ਬਿਲਕੁਲ ਸਹੀ ਹੈ ਕਿ ਮੈਂ ਵੀ ਇਸ ਚੀਜ਼ ਨੂੰ ਬੋਲਣਾ ਚਾਹੂੰਗੀ ਕਿ ਦੇਖਿਏ ਅਗਰ ਹਮ ਹਮ ਕੇਵਲ ਆਪਣੇ ਧਰਮ ਨਹੀਂ हर एक किसी के धर्म की अगर इज्जत करने लगे तो हम कभी इस विवादों में पढ़ो पढ़ेंगे ही नहीं जो चीज़ हमें किसी के बहकावे में ऐसे भड़काने पे नहीं आना चाहिए हमें असल जो सच्चाई है पहले मैं भी एक हिंदू हूँ और मैं इस बात से जैसे उन्होंने बताया कि गोल्डन टेम्प सॉरी हर मंदिर साहिब को बताया गया उन्होंने कि लोगों ने कहा कि हर मंदिर यानी विष्णु जी का है तो भाई मतलब क्यों अगर किसी और धर्म का भी वहाँ पर अगर कुछ है तो होने दो ना जब हम ये चीज़ मानते हैं इस चीज़ को जानते हैं कि हाँ सब भगवान एक है फिर भगवान के लिए हम क्यों लड़ रहे हैं कि यहाँ पर मस्जिद है यहाँ पर मंदिर है यहाँ पे गुरुद्वारा नहीं होना चाहिए यहाँ पे चर्च नहीं होना चाहिए अगर हम ये सब मानते हैं तो हमें किसी से जो चीज अगर बनी हुई है वो है तो किसी भगवान की ना तो फिर क्यों उसे हटाना है बाकी आप सब लोग समझदार है बस जैसे उन्होंने कहा कि अगर हम सब धर्मों की इज्जत कर रहे हैं तो हमें किसी भी बातों में मतलब हम हम जितने भी लोग यहाँ पर ये सब चीजों को लेकर लड़ाई झगड़ा करते हैं ना सच में बताओ ना उनको जीरो परसेंट ज्ञान होता है वो कुछ भी नहीं जानते हैं वो बस लोगों के भड़काने पर आते हैं और बात करते हैं और जो एक्चुअल में जो सच जानते हैं जो इतिहास जानते हैं वो कभी इस चीज़ को लेकर लड़ाई झगड़े में नहीं पड़ते हैं और हमें भी नहीं पढ़ना